ਦੋਸਤੋ ਕੈਨੇਡਾ ਦੇ ਇਸ ਵੇਲੇ ਹਾਲਾਤ ਬਹੁਤ ਮਾੜੇ ਹੈਗੇ ਨੇ। ਕੈਨੇਡਾ ਦੇ ਵਿੱਚ ਮਹਿੰਗਾਈ ਇੰਨੀ ਜ਼ਿਆਦਾ ਹੈਗੀ ਹੈ ਕਿ ਸਾਡੇ ਵਾਸਤੇ ਰੋਟੀ ਕੱਪੜਾ ਮਕਾਨ ਇੱਕ ਸੁਪਨਾ ਬਣਦਾ ਜਾ ਰਿਹਾ, ਔਰ ਕੈਨੇਡਾ ਦੇ ਵਿੱਚ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਕਿ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਵੇਲੇ ਕਿਸੇ ਨੇ ਸਾਡੇ ਕੋਲੋਂ ਕੋਈ ਚੀਜ਼ ਖੋਹ ਕੇ ਲੈ ਜਾਣੀ ਹੈ, ਸਾਡੇ ਘਰ ਦੇ ਬਾਹਰ ਜਿਹੜੀ ਖੜੀ ਕਾਰ ਹੈਗੀ ਉਹ ਵੀ ਕਿਸੇ ਨੇ ਚੋਰੀ ਕਰਕੇ ਲੈ ਜਾਣੀ ਹੈ, ਔਰ ਕੰਮਾਂ ਕਾਰਾਂ ਦਾ ਇੰਨਾ ਮੰਦਾ ਹਾਲ ਹੈ ਵੀ ਜੇ ਹੋਰ ਕੁਝ ਮਹੀਨੇ ਇੱਦਾਂ ਚੱਲ ਗਿਆ ਤੇ ਕੈਨੇਡਾ ਸਾਰਾ ਜਿਹੜਾ ਹੈਗਾ ਉਹ ਸੇਲ ਤੇ ਆ ਜਾਣਾ, ਬੈਂਕਰਪਸੀਆਂ ਇੱਥੇ ਧੜਾਧੜ ਹੋਣੀਆਂ ਨੇ, ਬਹੁਤ ਬੁਰੇ ਹਾਲਾਤ ਨੇ ਕੈਨੇਡਾ 'ਚ ਹੋਣ ਵਾਲੇ। ਔਰ ਤੁਹਾਨੂੰ ਕੈਨੇਡਾ ਆਉਣ ਤੋਂ ਪਹਿਲਾਂ ਇਸ ਵੇਲੇ 2, 4, 5, 10 ਵਾਰੀ ਜ਼ਰੂਰ ਸੋਚ ਲੈਣਾ ਚਾਹੀਦਾ। ਇਹ ਹੁਣ ਤੁਸੀਂ ਭਾਈ ਖਬਰਾਂ ਸਾਰਿਆਂ ਜ਼ਰੂਰ ਸੁਣ ਲਈਆਂ ਹੋਣੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ। ਮੈਂ ਜਸਕਰਨ ਸਿੰਘ ਢਿੱਲੋਂ ABP ਨਿਊਜ਼ ਉੱਤੇ ਤੁਹਾਡਾ ਨਿੱਘਾ ਸਵਾਗਤ ਕਰਦਾ। ਦੋਸਤੋ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਬਹੁਤ ਦੇਰ ਬਾਅਦ ਸਾਂਝ ਪਾ ਰਿਹਾ, ਪਰ ਇਸ ਵਾਰੀ ਇਹ ਸਾਰੇ ਹਾਲਾਤਾਂ ਨੂੰ ਦੇਖ ਕੇ ਜ਼ਰੂਰ ਮਨ ਕੀਤਾ ਵੀ ਤੁਹਾਡੇ ਨਾਲ ਆਪਣਾ ਇੱਕ ਨਿੱਜੀ ਤਜਰਬਾ ਕੋਈ 20-25 ਸਾਲ ਦਾ ਮੈਂ ਤੁਹਾਡੇ ਨਾਲ ਕੈਨੇਡਾ ਦੇ ਨਾਲ ਸਾਂਝਾ ਕਰ ਸਕਦਾ ਵਾਂ। ਜੇ ਮੈਂ ਗੱਲ ਕਰਾਂ ਵੀ ਕੈਨੇਡਾ ਦੇ ਵਿੱਚ ਇਸ ਵੇਲੇ ਆਰਥਿਕ ਮੰਦੀ ਜਿਹੜੀ ਹੈਗੀ ਹੈ ਉਹ ਵਾਕਿਆ ਹੈਗੀ, ਇਹਦੇ ਵਿੱਚ ਕੋਈ ਦੂਜੀ ਸ਼ੱਕ ਵਾਲੀ ਗੱਲ ਨਹੀਂ ਹੈਗੀ। ਕੰਮਾਂ ਕਰਨ ਦੀ ਕਮੀ ਹੈਗੀ ਹੈ, ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਦੇ ਵਿੱਚ ਕੰਮ ਨਹੀਂ ਮਿਲ ਰਿਹਾ, ਬਹੁਤ ਸਾਰੇ ਲੋਕਾਂ ਨੂੰ ਕੰਮ ਤੋਂ ਮਨਾ ਵੀ ਕਰ ਦਿੱਤਾ ਗਿਆ ਹੈਗਾ, ਪਰ ਇਹ ਜਿਹੜੀ ਆਰਥਿਕ ਮੰਦਹਾਲੀ ਹੈਗੀ ਇਕੱਲੀ ਕੈਨੇਡਾ ਵਿੱਚ ਨਹੀਂ, ਸੋਚਣ ਵਾਲੀ ਗੱਲ ਜੇ, ਇਹਦੇ ਵਿੱਚ ਅਮਰੀਕਾ ਵੀ ਗਰਸਿਆ ਹੋਇਆ, ਹੋਰ ਜਿੰਨੀਆਂ ਡਿਵੈਲਪਡ ਨੇਸ਼ਨਸ ਹੈਗੀਆਂ ਨੇ ਸਾਰੀਆਂ ਕੰਟਰੀਆਂ ਦੇ ਵਿੱਚ ਕੰਮਾਂ ਨੂੰ ਲੈ ਕੇ ਥੋੜੀ ਕਮੀ ਸਾਰੇ ਪਾਸੇ ਹੈਗੀ ਹੈ, ਪਰ ਕੀ ਇਹ ਜਿਹੜੀ ਕੰਮਾਂ ਦੇ ਵਿੱਚ ਜਿਹੜੀ ਕਮੀ ਹੈਗੀ ਸਦਾਈ ਰਹਿਣ ਵਾਲੀ ਹੈਗੀ ਹੈ, ਇਹ ਸਮਝਣ ਦੀ ਲੋੜ ਹੈਗੀ ਹੈ। ਜਿੰਨੀ ਨੈਗੇਟਿਵਿਟੀ ਇਸ ਵੇਲੇ ਕੈਨੇਡਾ ਦੇ ਹਾਲਾਤਾਂ ਨੂੰ ਲੈ ਕੇ ਆਉਣ ਵਾਲੇ ਬੱਚਿਆਂ ਦੇ ਦਿਮਾਗ ਦੇ ਵਿੱਚ ਭਰੀ ਜਾ ਰਹੀ ਹੈ, ਮੈਨੂੰ ਤਾਂ ਇਹ ਖਦਸ਼ਾ ਜ਼ਾਹਰ ਹੋ ਰਿਹਾ ਕਿ ਜਿਹੜੇ ਬੱਚੇ ਦੇ ਦਿਮਾਗ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਇੰਨੀ ਨੈਗੇਟਿਵਿਟੀ ਅਸੀਂ ਭਰ ਦੇਵਾਂਗੇ ਕਿ ਉਹ ਬੱਚਾ ਇੱਥੇ ਆਉਂਦੇ ਸਾਰ ਮਾਨਸਿਕ ਰੂਪ ਵਿੱਚ ਕੈਨੇਡਾ ਨੂੰ ਅਪਣਾ ਪਾਏਗਾ, ਕਿ ਇੱਥੇ ਦੇ ਹਾਲਾਤਾਂ ਨੂੰ ਉਹ ਨਜਿੱਠਣ ਵਾਸਤੇ ਦਿਮਾਗੀ ਤੌਰ ਤੇ ਤਿਆਰ ਹੋਵੇਗਾ, ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਸਾਨੂੰ ਇੰਨੀ ਜ਼ਿਆਦਾ ਨੈਗੇਟਿਵਿਟੀ ਜਿਹੜੀ ਉਹ ਨਹੀਂ ਵੰਡਣੀ ਚਾਹੀਦੀ। ਜੇ ਅਸੀਂ ਕੈਨੇਡਾ ਨੂੰ ਤੇ ਔਰ ਆਪਣੇ ਮੁਲਕ ਨੂੰ, ਮੁਲਕ ਦੇ ਹਾਲਾਤਾਂ ਨੂੰ ਅੱਜ ਮੁਲਾਂਕਣ ਕਰਨ ਦੀ ਕੋਸ਼ਿਸ਼ ਕਰੀਏ ਤੇ ਸਾਡੇ ਮੁਲਕ ਦੇ ਵਿੱਚ ਇਸ ਵੇਲੇ ਇੱਕ ਮਜ਼ਦੂਰ ਨੂੰ ਜਿਹੜਾ ਸਾਰਾ ਦਿਨ ਹੱਡ ਭਣਵੀਂ ਮਿਹਨਤ ਕਰਦਾ ਉਹਨੂੰ 500 ਰੁਪਇਆ ਦਿਹਾੜੀ ਮਿਲਦੀ, ਕਈਆਂ ਤੇ ਕਈਆਂ ਥਾਵਾਂ ਤੇ 500 ਰੁਪਇਆ ਦਿਹਾੜੀ ਵੀ ਨਹੀਂ ਹੈਗੀ, ਔਰ 500 ਰੁਪਇਆ ਦਿਹਾੜੀ ਕਮਾਉਣ ਵਾਲਾ ਬੰਦਾ ਕੀ ਆਪਣਾ ਪਰਿਵਾਰ ਪਾਲ ਸਕਦਾ, ਸੋਚਣ ਵਾਲੀ ਗੱਲ ਹੈਗੀ ਹੈ। ਤੇ ਜੇ ਅਸੀਂ ਕੈਨੇਡਾ ਦੇ ਵਿੱਚ ਗੱਲ ਕਰੀਏ ਤੇ ਅੱਜ ਦੀ ਤਰੀਕ ਵਿੱਚ ਵੀ ਜੇ ਤੁਸੀਂ ਆਪਦੇ ਖਰਚਿਆਂ ਨੂੰ ਸੀਮਿਤ ਕਰ ਲਓ, ਆਪਣੀਆਂ ਲਗਜ਼ਰੀ ਜਿਹੜੇ ਤੁਹਾਡੇ ਐਕਸਪੈਂਸਿਸ ਹੈਗੇ ਨੇ ਉਹਨਾਂ ਨੂੰ ਤੁਸੀਂ ਬੰਦ ਕਰ ਦਿਓ, ਤੇ ਤੁਹਾਡੇ ਕੋਲ ਅੱਜ ਵੀ ਸਰਮਾਇਆ ਇੰਨਾ ਹੈਗਾ ਵੀ ਤੁਸੀਂ ਈਜ਼ੀਲੀ ਬਹਿ ਕੇ ਖਾ ਸਕਦੇ ਹੈਗੇ ਹੋ। ਹੁਣ ਖਾਸ ਕਰਕੇ ਗੱਲ ਉਦੋਂ ਜ਼ਿਆਦਾ ਵਿਗੜਦੀ ਹੈਗੀ ਜਦੋਂ ਅਸੀਂ ਇਹ ਸੁਣ ਲੈਂਦੇ ਹਾਂ ਜੀ ਕੈਨੇਡਾ ਦੇ ਵਿੱਚ ਚੋਰੀਆਂ ਬਹੁਤ ਹੁੰਦੀਆਂ ਨੇ, ਕੈਨੇਡਾ 'ਚ ਕ੍ਰਾਈਮ ਬਹੁਤ ਵੱਧ ਗਿਆ ਹੈਗਾ ਆ, ਇੱਥੇ ਬੱਚੇ ਗਲਤ ਕੰਮ ਕਰਦੇ ਹੈਗੇ ਨੇ, ਕੋਈ ਕਹਿੰਦਾ ਨਸ਼ੇ ਵੇਚਦੇ ਨੇ, ਕੋਈ ਕਹਿੰਦਾ ਕੋਈ ਹੋਰ ਜਿਹੜੇ ਲੜਕੀਆਂ ਨੇ ਹੋਰ ਗੱਦੇ ਗਲਤ ਕੰਮਾਂ ਦੇ ਵਿੱਚ ਹੈਗੀਆਂ ਨੇ, ਸੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਅਸੀਂ ਸੁਣਦੇ ਹੈਗੇ ਹਾਂ ਜਿਹੜੀਆਂ ਇੰਨੀਆਂ ਜ਼ਿਆਦੀਆਂ ਸਾਡੇ ਸਮਾਜ ਨੂੰ ਨਿਘਾਰ ਵੱਲ ਜਾਂ ਨੈਗੇਟਿਵਿਟੀ ਆ ਲੈ ਕੇ ਜਾਂਦੀਆਂ ਨੇ, ਜਿਹਦਾ ਅਸਰ ਇਸ ਵੇਲੇ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦਾ। ਪਰ ਜੇ ਅਸੀਂ ਥੋੜੀਆਂ ਪੋਜ਼ਿਟਿਵ ਗੱਲਾਂ ਕਰੀਏ, ਥੋੜਾ ਕੁ ਚੰਗਾ ਮੁਲਾਂਕਣ ਕਰੀਏ ਕਿ ਸਾਡੇ ਆਪਣੇ ਮੁਲਕ ਦੇ ਵਿੱਚ ਲੁੱਟਾਂ ਖੋਹਾਂ ਨਹੀਂ ਹੁੰਦੀਆਂ, ਅਸੀਂ ਉੱਥੋਂ ਕਿਉਂ ਭੱਜ ਕੇ ਆ ਰਹੇ ਹਾਂ, ਸਾਡੇ ਉੱਥੋਂ ਆਉਣ ਦਾ ਕਾਰਨ ਸਾਡੀ ਆਰਥਿਕ ਸਾਡੇ ਸਮਾਜਿਕ ਜਿਹੜੇ ਹਾਲਾਤ ਨੇ ਉਹ ਬਣੇ ਹੋਏ ਨੇ। ਸਾਡੇ ਮੁਲਕ ਦੇ ਵਿੱਚ ਕੀ ਤੁਰਿਆ ਜਾਂਦੇ ਆਦੀਆਂ ਬੀਬੀਆਂ ਦੇ ਗਲਾਂ ਚੋਂ ਗਾਨੀਆਂ ਨਹੀਂ ਲਾਈਆਂ ਜਾਂਦੀਆਂ, ਕਿ ਕੰਨਾਂ ਦੀਆਂ ਵਾਲੀਆਂ ਨਹੀਂ ਖੋਹੀਆਂ ਜਾਂਦੀਆਂ, ਕਿ ਸਾਡੇ ਉੱਥੇ ਗਰੀਬ ਦੇ ਕੋਲੋਂ ਕਿਸੇ ਕੋਲ ਤੁਰੇ ਜਾਂਦੇ, ਕੋਈ ਮੋਟਰਸਾਈਕਲ ਵਾਲੇ ਜਿਹੜੇ ਆਉਂਦੇ ਨੇ ਬਦਮਾਸ਼ ਉਹ ਫੋਨ ਖੋਹ ਕੇ ਨਹੀਂ ਭੱਜਦੇ ਹੈਗੇ, ਕਿ ਕਿਸੇ ਉੱਥੇ ਬੈਂਕ ਦੇ ਕਰਮਚਾਰੀ ਦੇ ਕੋਲੋਂ ਪੈਸਾ ਨਹੀਂ ਖੋਹਿਆ ਜਾਂਦਾ, ਕਿ ਫੋਰਨ ਐਕਸਚੇਂਜ ਵਾਲੇ ਦੇ ਕੋਲੋਂ ਜਿਹੜਾ ਕੋਈ ਜਾਂ ਕੋਈ ਪੈਟਰੋਲ ਪੰਪ ਤੇ ਕੰਮ ਕਰਦਾ ਹੈ ਕਰਿੰਦਾ, ਕਿ ਜਿੱਥੇ ਉਹ ਬੈਂਕ ਜਾ ਰਿਹਾ ਜਾਂ ਕਰਿੰਦੇ ਦੇ ਕੋਲੋਂ ਪੈਸਾ ਨਹੀਂ ਖੋਹਿਆ ਜਾਂਦਾ, ਕਿ ਕੈਨੇਡਾ ਕੋਈ ਵੱਖਰੀ ਧਰਤੀ ਤੇ ਹੈਗਾ ਜਿੱਥੇ ਇਹ ਅਸੀਂ ਨਹੀਂ ਹੈਗੇ। ਹੁਣ ਜਿੱਥੋਂ ਅਸੀਂ ਆਏ ਹੈਗੇ ਹਾਂ ਉੱਥੋਂ ਸਾਡੇ ਨਾਲ ਆਦਤਾਂ ਵੀ ਸਾਡੀਆਂ ਇੱਥੇ ਨਾਲ ਆਈਆਂ ਹੈਗੀਆਂ ਨੇ, ਸੋ ਉਹੋ ਜਿਹਾ ਜਿਹੜਾ ਇੱਕ ਜਿਹੜਾ ਕੀੜਾ ਹੈ ਨਾ ਸਾਡੇ ਵਿੱਚ ਜਾਂ ਉਹੋ ਜਿਹੇ ਕਣ ਜਿਹੜੇ ਹੈਗੇ ਨੇ ਉਹ ਜਦੋਂ ਸਾਡੇ ਨਾਲ ਇੱਥੇ ਆਏ ਹੈਗੇ ਤਾਂ ਉਹ ਇਹੋ ਜਿਹੀਆਂ ਹਰਕਤਾਂ ਇੱਥੇ ਵੀ ਪੇਸ਼ ਕਰਦੇ ਹੈਗੇ ਨੇ, ਇਹ 'ਚ ਕੋਈ ਨਵੀਂ ਗੱਲ ਨਹੀਂ ਹੈਗੀ। ਪਰ ਇਸ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਕਹੀਏ ਵੀ ਕੈਨੇਡਾ ਮਾੜਾ, ਮੇਰੇ ਖਿਆਲ 'ਚ ਗਲਤ ਹੋਵੇਗਾ। ਬਾਕੀ ਰਹੀ ਮਹਿੰਗਾਈ ਦੀ ਗੱਲ, ਕੀ ਜੇ ਆਪਾਂ ਮਹਿੰਗਾਈ ਨੂੰ ਆਪਾਂ ਪਹਿਲਾਂ ਤੁਹਾਡੇ ਨਾਲ 500 ਰੁਪਏ ਦੇ ਮੈਂ ਉਦਾਹਰਣ ਤੁਹਾਨੂੰ ਦੇ ਹਟਿਆ, ਕਿ ਸਾਡੇ ਆਪਣੇ ਮੁਲਕ ਦੇ ਵਿੱਚ ਜੇ ਆਪਾਂ ਦੇਖੀਏ ਕਿ ਫਲ ਫਰੂਟ ਇਸ ਵੇਲੇ ਕੋਈ ਆਮ ਬੰਦਾ ਲੈ ਕੇ ਖਾ ਸਕਦਾ ਜਿੰਨਾ ਮਹਿੰਗਾ ਹੈਗਾ, ਕਿ ਉੱਥੇ ਲੈ ਕੇ ਤੁਸੀਂ ਕੋਈ ਚੰਗੀ ਚੀਜ਼ ਇਸ ਵੇਲੇ ਲੈ ਸਕਦੇ ਹੋ? ਤੁਹਾਡੇ ਵਾਸਤੇ ਉੱਥੇ ਮਕਾਨ ਬਣਾਉਣਾ ਵੀ ਇਸ ਵੇਲੇ ਮੁਸ਼ਕਲ ਹੈ। ਜਿਹੋ ਜਿਹੀ ਮਕਾਨ ਬਣਾਉਣ ਦੀ ਮੁਸ਼ਕਤ ਕੈਨੇਡਾ ਵਿੱਚ ਕਰਨੀ ਪੈ ਰਹੀ ਹੋ, ਜਿਹੋ ਜਿਹੀ ਮਕਾਨ ਬਣਾਉਣ ਦੀ ਮੁਸ਼ਕਤ ਇੰਡੀਆ 'ਚ ਕਰਨੀ ਪੈ ਰਹੀ, ਉਹਦੇ ਵਿੱਚ ਬਹੁਤ ਵੱਡਾ ਫਰਕ ਹੈਗਾ। ਇੱਥੇ ਫਿਰ ਵੀ ਤੁਸੀਂ ਕਿਤੇ ਨਾ ਕਿਤੇ ਕਿਸੇ ਕੂੰਜੇ ਖੂੰਜੇ ਦੇ ਵਿੱਚ ਮਕਾਨ ਬਣਾ ਸਕਦੇ ਹੋ, ਇੱਥੇ ਨਹੀਂ ਟੋਰਾਂਟੋ ਨਹੀਂ ਬਣਾਓਗੇ, ਤੁਸੀਂ ਕਿਤੇ ਬਾਹਰਲੇ ਸ਼ਹਿਰ ਵਿੱਚ ਚਲੇ ਜਾਓ, ਕਿਤੇ ਹੋਰ ਦੂਰ ਦੁਰਾਡੇ ਨਿਕਲ ਜਾਓਗੇ, ਤੁਹਾਡਾ ਮਕਾਨ ਬਣ ਜਾਵੇਗਾ। ਪਰ ਕੀ ਸਾਡੇ ਮੁਲਕ ਦੇ ਵਿੱਚ ਚੀਜ਼ਾਂ ਸੰਭਵ ਹੈਗੀਆਂ ਨੇ? ਉੱਥੇ ਤੁਸੀਂ ਅੱਜ ਮਕਾਨ ਬਣਾਉਣਾ ਹੋਵੇ ਤਾਂ ਤੁਹਾਨੂੰ ਪਤਾ ਨਹੀਂ ਕਿੰਨੀਆਂ ਉੱਥੇ ਕਿੰਨਿਆਂ ਦੇ ਤਰਲੇ ਕੱਢਣੇ ਪੈਣਗੇ, ਕਈਆਂ ਨੇ ਤੁਹਾਡੇ ਕੋਲ ਸਿਫਾਰਸ਼ਾਂ ਤੁਹਾਨੂੰ ਕਰਨੀਆਂ ਪੈਣਗੀਆਂ, ਸਾਨੂੰ ਆਹ ਪਰਮਿਸ਼ਨ ਦੇ ਦਿਓ, ਸਾਨੂੰ ਉਹ ਪਰਮਿਸ਼ਨ ਦੇ ਦਿਓ, ਕੋਈ ਪਤਾ ਨਹੀਂ ਕਹਿੰਦੇ ਆ
ਉਹ ਇਸ ਲਈ ਹੋਣੀਆਂ ਨੇ ਕਿ ਜੇ ਮੈਂ ਗੱਲ ਕਰਾਂ ਵੀ ਜਦੋਂ ਅਸੀਂ ਕੈਨੇਡਾ 'ਚ ਪਹਿਲੀ ਵਾਰੀ ਆਏ ਸੀਗੇ ਉਦੋਂ ਇੱਥੇ ਜਿਹੜਾ ਗੈਸ ਦੀ ਪ੍ਰਾਈਸ ਸੀਗੀ ਜਿਹਨੂੰ ਅਸੀਂ ਪੈਟਰੋਲ ਕਹਿ ਦਿੰਦੇ ਹਾਂ ਉਹ 35-40 cents 45 cents ਦੇ ਲਾਗੇ ਸੀਗੀ ਔਰ ਅੱਜ ਦੇਖਦੇ ਦੇਖਦੇ ਉਸ 20 ਸਾਲ ਦੇ ਅਰਸੇ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਦੁੱਗਣੀਆਂ ਤਿੱਗਣੀਆਂ ਚੌਗਣੀਆਂ ਹੋ ਗਈਆਂ ਨੇ ਔਰ ਰੇਟ ਹਰ ਚੀਜ਼ ਦਾ ਵਧਿਆ ਮਕਾਨ ਪਹਿਲਾਂ ਸਸਤੇ ਸੀ ਹੁਣ ਮਹਿੰਗੇ ਹੋ ਗਏ ਨੇ ਸੋ ਇਹ ਜਿਹੜਾ ਇੱਕ ਜਿਹੜੀ ਇੱਕ ਗਲੋਬਲੀ ਜਿਹੜੀ ਇਨਫਲੇਸ਼ਨ ਹੈਗੀ ਹੈ ਗਲੋਬਲ ਇਨਫਲੇਸ਼ਨ ਆ ਇਹ ਸਾਰੀ ਦੁਨੀਆਂ ਦੇ ਵਿੱਚ ਆ ਰਹੀ ਹੈਗੀ ਉਹ ਸਾਡੇ ਆਪਣੇ ਮੁਲਕ ਦੇ ਵਿੱਚ ਵੀ ਹੈਗੀ ਹੈ ਜਿਹੜਾ ਸੀਮਿੰਟ ਦਾ ਬੋਰਾ ਉੱਥੇ ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ 100-150 rupees ਦਾ ਸੀਗਾ ਅੱਜ ਸੀਮਿੰਟ ਦੇਖ ਲਓ ਕਿੰਨੇ ਦਾ ਕਿ ਤੁਹਾਨੂੰ ਲੱਗਦਾ ਕਿ ਸੀਮਿੰਟ ਸਸਤਾ ਹੋ ਜਾਏਗਾ ਕਿ ਸੀਮਿੰਟ ਕੱਲ੍ਹ ਨੂੰ ਤੁਹਾਨੂੰ ਸਸਤਾ ਮਿਲਣ ਲੱਗ ਜਾਏਗਾ ਇਹੀ ਹਾਲਾਤ ਕੈਨੇਡਾ ਦੇ ਵਿੱਚ ਹੈਗੇ ਨੇ ਇੱਥੇ ਕੋਈ ਵੀ ਚੀਜ਼ ਦੁਨੀਆਂ ਦੇ ਵਿੱਚ ਸਸਤੀ ਨਹੀਂ ਹੋਣੀ ਇਹਨੇ ਮਹਿੰਗੇ ਹੀ ਹੋਣਾ ਔਰ ਇਸ ਮਹਿੰਗੇ ਹੁੰਦੇ ਸਮਾਜ ਦੇ ਵਿੱਚ ਦੁਨੀਆਂ ਦੇ ਵਿੱਚ ਅਗਰ ਅਸੀਂ ਕੰਪੀਟੀਸ਼ਨ ਕਰਾਂਗੇ ਅਸੀਂ ਕੰਪੀਟ ਕਰਾਂਗੇ ਆਪਣੇ ਆਪ ਨੂੰ ਅਪਗ੍ਰੇਡ ਕਰਾਂਗੇ ਤਾਂ ਅਸੀਂ ਜ਼ਰੂਰ ਸਕਸੈਸਫੁਲ ਹੋਵਾਂਗੇ ਪਰ ਇਸ ਵੇਲੇ ਸਾਡਾ ਆਰਥਿਕ ਸਾਡਾ ਸਮਾਜਿਕ ਸਾਡਾ ਵਿਦਿਅਕ ਢਾਂਚੇ ਦਾ ਫੇਲਰ ਜਿਹੜਾ ਹੈਗਾ ਉਹ ਸਾਡੇ ਵਾਸਤੇ ਵੱਡੀ ਮੁਸੀਬਤ ਖੜੀ ਕਰ ਰਿਹਾ ਸਾਡੇ ਬੱਚੇ ਇਸ ਵੇਲੇ ਜਦੋਂ ਇੰਡੀਆ ਤੋਂ ਇੱਥੇ ਆ ਰਹੇ ਹੈਗੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਕਮੀ ਇਸ ਵੇਲੇ ਟੈਲੈਂਟ ਦੀ ਆ ਰਹੀ ਹੈਗੀ ਹੈ ਜਿੰਨਾ ਜੋ ਟੈਲੈਂਟ ਇਸ ਵੇਲੇ ਇੰਡਸਟਰੀ ਨੂੰ ਚਾਹੀਦਾ ਮਾਫ਼ ਕਰਨਾ ਉਹ ਸਾਡੇ ਬੱਚਿਆਂ ਵਿੱਚ ਇਸ ਵੇਲੇ ਨਹੀਂ ਹੈਗਾ ਔਰ ਉਸ ਟੈਲੈਂਟ ਦੀ ਕਮੀ ਹੋਣ ਕਰਕੇ ਅਸੀਂ ਇਸ ਵੇਲੇ ਕਹਿੰਦੇ ਹਾਂ ਕਿ ਕੈਨੇਡਾ 'ਚ ਕੰਮ ਨਹੀਂ ਹੈਗਾ ਹਾਂ ਕੈਨੇਡਾ ਦੇ ਵਿੱਚ ਜਨਰਲ ਲੇਬਰ ਜਿਹਨੂੰ ਆਪਾਂ ਦਿਹਾੜੀ ਧੱਪਾ ਕਹਿੰਦੇ ਹਾਂ ਉਹਨਾਂ ਕੰਮਾਂ ਦੀ ਕਮੀ ਹੈਗੀ ਹੈ ਪਰ ਜੇ ਤੁਹਾਡੇ ਕੋਲ ਕੋਈ ਸਕਿੱਲ ਹੈਗਾ ਤੁਹਾਨੂੰ ਕੋਈ ਕੰਮ ਧੰਦਾ ਆਉਂਦਾ ਹੁਣ ਆਪਾਂ ਅੱਜ ਗੱਲ ਕਰੀਏ ਕਿਸੇ ਬੱਚੇ ਨੂੰ ਕਹੀਏ ਬਈ ਤੂੰ ਟੈਲਾਂ ਲਾਉਣੀਆਂ ਸਿੱਖ ਲੈ ਦੱਸੋ ਕੋਈ ਉੱਥੇ ਤਿਆਰ ਹੋਊਗਾ ਟੈਲਾਂ ਲਾਉਣ ਵਾਸਤੇ ਅਗਲਾ ਕਹਿੰਦਾ ਲੈ ਇੱਥੇ ਭਈਆ ਸੱਦ ਲਓ ਭਈਏ ਨੇ ਆ ਕੇ ਟੈਲਾਂ ਲਾ ਦੇਣੀ ਮੈਂ ਟੈਲਾਂ ਲਾਵਾਂ ਪਰ ਗੱਲ ਇਹ ਹੈਗੀ ਹੈ ਕਿ ਜੇ ਤੁਹਾਨੂੰ ਟਾਈਲਾਂ ਲਾਉਣੀਆਂ ਆਉਂਦੀਆਂ ਨੇ ਤੇ ਬੰਦਿਆਂ ਨੂੰ ਫੜ ਫੜ ਲਿਆਉਣਾ ਪੈਂਦਾ ਭਈ ਟਾਈਮ ਦੱਸ ਕਿੰਨਾ ਲਏਗਾ ਕਦੋਂ ਟਾਇਲ ਲਾ ਕੇ ਦੇਗਾ ਭਾਵੇਂ ਇੱਕ ਹੀ ਟਾਇਲ ਲਾਉਣੀ ਹੋਵੇ ਬੰਦਾ ਨਹੀਂ ਲੱਭਦਾ ਦੂਜੇ ਪਾਸੇ ਆਪਾਂ ਗੱਲ ਕਰੀਏ ਛੋਟੇ ਛੋਟੇ ਅਪਲਾਇੰਸਸ ਆਪਾਂ ਗੱਲ ਕਰੀਏ ਕਿਸੇ ਨੂੰ ਫਰਿੱਜ ਠੀਕ ਕਰਨੀ ਆਉਂਦੀ ਹੈ ਏਸੀ ਠੀਕ ਕਰਨੇ ਆਉਂਦੇ ਨੇ ਕਿਸੇ ਨੂੰ ਕੈਮਰੇ ਲਾਉਣੇ ਆਉਂਦੇ ਹੈਗੇ ਨੇ ਘਰਾਂ 'ਚ ਸਰਵੀਲੈਂਸ ਕੈਮਰੇ ਸਿਕਿਉਰਿਟੀ ਕੈਮਰੇ ਲੱਗਦੇ ਹੈਗੇ ਨੇ ਬੰਦੇ ਨਹੀਂ ਮਿਲਦੇ ਹੈਗੇ ਛੋਟੇ ਛੋਟੇ ਕੰਮਾਂ ਵਾਸਤੇ ਸੋ ਇਹ ਇਹ ਉਹ ਕੰਮ ਨੇ ਜਿਹਨਾਂ ਨੂੰ ਅਸੀਂ ਹੱਥ ਨਹੀਂ ਪਾਉਂਦੇ ਜਾਂ ਇੰਜ ਕਹਿ ਲਓ ਕਿ ਜਿਹੜੇ ਕੰਮ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਭਈਆਂ ਨੇ ਸਾਂਭਿਆ ਹੋਇਆ ਨਾ ਯੂਪੀ ਬਿਹਾਰ ਦਿਆਂ ਨੇ ਉਹ ਕੰਮ ਕਰਨੇ ਲੱਗ ਜਾਓ ਉਹ ਕੰਮ ਸਿੱਖ ਕੇ ਕੈਨੇਡਾ ਦੇ ਵਿੱਚ ਆ ਜਾਓ ਤੁਹਾਡੇ ਕੋਲ ਕੰਮ ਦੀ ਕਿਤੇ ਵੀ ਕਮੀ ਨਹੀਂ ਆਵੇਗੀ ਭਾਵੇਂ ਕੈਨੇਡਾ ਦੇ ਜਿਹੜੇ ਮਰਜ਼ੀ ਤੁਸੀਂ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਸੈਟਲ ਹੋ ਜਾਓ ਤੁਹਾਨੂੰ ਫੜ ਫੜ ਕੇ ਲੋਕੀ ਕੰਮ ਤੇ ਲੈ ਕੇ ਜਾਣਗੇ ਬਈ ਸਾਡਾ ਕੰਮ ਕਰਦੇ ਸਾਡਾ ਕੰਮ ਕਰਦੇ ਪਰ ਬਦਕਿਸਮਤੀ ਇਸ ਗੱਲ ਦੀ ਹੈਗੀ ਕਿ ਸਾਡੇ ਬੱਚੇ ਜਾਂ ਸਾਡਾ ਸਮਾਜ ਜਾਂ ਸਾਡਾ ਪਰਿਵਾਰਕ ਢਾਂਚਾ ਜਿਹੜਾ ਹੈਗਾ ਉਹਨਾਂ ਕੰਮਾਂ ਦੇ ਵਿੱਚ ਤਰਜੀਹ ਨਹੀਂ ਦਿੰਦਾ ਜਿਹਨਾਂ ਵਿੱਚ ਪੈਸਾ ਹੈਗਾ ਜੇ ਹੁਣ ਮੈਂ ਗੱਲ ਕਰਾਂ ਕਿ ਇੱਥੇ ਬ੍ਰੈਂਪਟਨ ਦੇ ਆਲੇ ਦੁਆਲੇ ਜਾਂ GTA ਦੇ ਜਾਂ ਹੋਰਨਾਂ ਪ੍ਰੋਵਿੰਸਿਸ ਦੇ ਵਿੱਚ ਬਹੁਤ ਸਾਰੇ ਰੋਡ ਕੰਸਟਰਕਸ਼ਨ ਦੇ ਕੰਮ ਚੱਲਦੇ ਹੈਗੇ ਨੇ ਔਰ ਜਿੰਨਾ ਰੋਡ ਕੰਸਟਰਕਸ਼ਨ ਦਾ ਕੰਮ ਚੱਲਦਾ ਉਹਦੇ ਵਿੱਚ ਕਿਤੇ ਵੀ ਇੱਕ ਵੀ ਦੇਸੀ ਦੇਖਣ ਨੂੰ ਜਾਂ ਸਾਡਾ ਪੰਜਾਬੀ ਬੱਚਾ ਜਾਂ ਇੰਡੀਅਨ ਬੰਦਾ ਉਹਦੇ ਵਿੱਚ ਵੇਖਣ ਨੂੰ ਨਹੀਂ ਮਿਲਦਾ ਹੈਗਾ ਸਿਰਫ ਤੇ ਸਿਰਫ ਜੇ ਹੋਣਗੇ ਟਰੱਕ ਡਰਾਈਵਰ ਹੋਣਗੇ ਉਹਨਾਂ ਦਾ ਕੰਮ ਸਿਰਫ ਹੋਏਗਾ ਕਿ ਉਹਨਾਂ ਨੇ ਉੱਥੇ ਜਾਂ ਤੇ ਲੁੱਕ ਬਜਰੀ ਲੈ ਕੇ ਆਉਣੀ ਹੈ ਤੇ ਜਾਂ ਉੱਥੋਂ ਕੋਈ ਨਾ ਕੋਈ ਚੱਕੇ ਚੀਜ਼ ਲੈ ਕੇ ਜਾਣੀ ਹੈ ਕਹਿਣ ਦਾ ਮਤਲਬ ਵੀ ਟਰੱਕ ਡਰਾਈਵਰ ਹੀ ਹੋਣਗੇ ਪਰ ਜੇ ਅਸੀਂ ਗੱਲ ਕਰੀਏ ਕਿ ਉੱਥੇ ਕੋਈ ਪੇਵਿੰਗ ਮਸ਼ੀਨ ਚਲਾਉਂਦਾ ਹੋਵੇ ਜਾਂ ਉੱਥੇ ਕੋਈ ਲੁੱਕ ਜਿਹੜੀ ਸਵਾਰੀ ਕਰਦਾ ਹੋਵੇ ਜਾਂ ਕਿਤੇ ਕੋਈ ਇਲੈਕਟ੍ਰੀਸ਼ਨ ਦੇ ਕੋਲ ਜਿਹੜੇ ਸਾਡੇ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਬਿਜਲੀ ਬੋਰਡ ਵਾਲੇ ਹੁੰਦੇ ਨੇ ਖੰਭੇ ਤੇ ਚੜੇ ਹੁੰਦੇ ਨੇ ਉਹਦੇ ਵਿੱਚ ਕੋਈ ਸਾਡੇ ਬੰਦੇ ਹੋਣ ਸਾਨੂੰ ਨਜ਼ਰ ਨਹੀਂ ਆਉਣਗੇ ਜਦਕਿ ਇਹਨਾਂ ਸਟ੍ਰੀਮ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਜਿਹੜੀ ਲੇਬਰ ਸ਼ਾਰਟੇਜ ਹੈਗੀ ਹੈ ਜਿਹਨਾਂ ਦੇ ਵਿੱਚ ਅਸੀਂ ਜ਼ਿਕਰ ਤੱਕ ਨਹੀਂ ਕਰਦੇ ਹੈਗੇ ਸੋ ਜੇ ਆਪਾਂ ਅੱਜ ਗੱਲ ਕਰੀਏ ਵੀ ਕੈਨੇਡਾ ਮਾੜਾ ਤੇ ਕੈਨੇਡਾ ਨਹੀਂ ਆਉਣਾ ਚਾਹੀਦਾ ਦੋਸਤੋ ਇਸ ਚੀਜ਼ ਦਾ ਆਪਣੇ ਮਾਨਸਿਕਤਾ ਤੇ ਕਦੀ ਵੀ ਇਹ ਪ੍ਰਭਾਵ ਨਾ ਆਉਣ ਦਿਓ ਕੈਨੇਡਾ ਅੱਜ ਵੀ ਇਮੀਗ੍ਰੈਂਟਸ ਦਾ ਕੰਟਰੀ ਹੈਗਾ ਕੈਨੇਡਾ ਨੇ ਕੱਲ੍ਹ ਵੀ ਇਮੀਗ੍ਰੈਂਟਸ ਦਾ ਕੰਟਰੀ ਰਹਿਣਾ ਕਿਉਂਕਿ ਕੈਨੇਡਾ ਦੇ ਜਿਹੜੇ ਬਛਿੰਦੇ ਹੈਗੇ ਨੇ ਉਹ ਇਮੀਗ੍ਰੈਂਟ ਹੈਗੇ ਨੇ ਔਰ ਜਿਹੜੇ ਇਮੀਗ੍ਰੈਂਟ ਹੈਗੇ ਨੇ ਉਹ ਅੱਜ ਦੇ ਇੱਥੇ ਆਉਣ ਨਹੀਂ ਲੱਗੇ ਹੈਗੇ ਇਮੀਗ੍ਰੈਂਟ ਦਾ ਜਿਹੜਾ ਇਤਿਹਾਸ ਹੈਗਾ ਉਹ ਕੋਈ 250 ਸਾਲ ਪੁਰਾਣਾ ਇੱਥੇ ਚੱਲਿਆ ਹੈਗਾ ਇੱਥੇ ਅਲੱਗ ਅਲੱਗ ਨੈਸ਼ਨੈਲਿਟੀਆਂ ਦੇ ਲੋਕ ਰਹਿੰਦੇ ਹੈਗੇ ਨੇ ਜਿਸ ਤਰ੍ਹਾਂ ਅਸੀਂ ਪੰਜਾਬੀ ਭਾਈਚਾਰੇ ਦੇ ਲੋਕ ਹੈਗੇ ਆ ਇਸੇ ਤਰ੍ਹਾਂ ਇੱਥੇ ਸਕਾਟਿਸ਼ ਵੀ ਰਹਿੰਦੇ ਨੇ ਇੱਥੇ ਇਟਾਲੀਅਨ ਵੀ ਰਹਿੰਦੇ ਨੇ ਤੇ ਗ੍ਰੀਕ ਵੀ ਰਹਿੰਦੇ ਹੈਗੇ ਨੇ ਤੇ ਜਰਮਨ ਵੀ ਰਹਿੰਦੇ ਹੈਗੇ ਨੇ ਇੱਥੇ ਹੋਰ ਕਮਿਊਨਿਟੀ ਜਿਹੜੀਆਂ ਅਲੱਗ ਅਲੱਗ ਹੈਗੀਆਂ ਨੇ ਚਾਹੇ ਉਹ ਸਾਊਥ ਅਫਰੀਕਨ ਕਮਿਊਨਿਟੀਜ਼ ਹੈਗੀਆਂ ਨੇ ਜਾਂ ਸਾਊਥ ਅਮਰੀਕਨ ਕਮਿਊਨਿਟੀਜ਼ ਹੈਗੀਆਂ ਨੇ ਉਹਨਾਂ ਨੇ ਵੀ ਅਲੱਗ ਅਲੱਗ ਆਪਣੇ ਜਿਹੜੇ ਹੈਗੇ ਨੇ ਬਿਜ਼ਨਸਿਸ ਨੂੰ ਇੱਥੇ ਸਥਾਪਿਤ ਕੀਤਾ ਹੈਗਾ ਸੋ ਕੈਨੇਡਾ ਤੁਹਾਡੇ ਵਾਸਤੇ ਓਪਰਚੁਨਿਟੀਆਂ ਲੈ ਕੇ ਬੈਠਾ ਜਿੰਨੀ ਤੁਹਾਨੂੰ ਮੁਸ਼ਕਤ ਆਪਣੇ ਮੁਲਕ ਦੇ ਵਿੱਚ ਕਰਨੀ ਪੈਂਦੀ ਉਹਦੇ ਨਾਲੋਂ ਘੱਟ ਮੁਸ਼ਕਤ ਕਰਕੇ ਤੁਸੀਂ ਕੈਨੇਡਾ ਦੇ ਵਿੱਚ ਸਫਲ ਹੋ ਜਾਂਦੇ ਹੋ ਪਰ ਇਸ ਸਫਲਤਾ ਨੂੰ ਹਾਸਲ ਕਰਨ ਵਾਸਤੇ ਤੁਹਾਨੂੰ ਥੋੜਾ ਜਿਹਾ ਹੌਸਲਾ ਰੱਖਣਾ ਪਊਗਾ ਪੋਜ਼ਿਟਿਵ ਐਟੀਟਿਊਡ ਮੋਟੀਵੇਸ਼ਨ ਆਪਣੇ ਕੋਲ ਰੱਖਣੀ ਪਏਗੀ ਤੁਸੀਂ ਜ਼ਰੂਰ ਸਫਲ ਹੋਵੋਗੇ ਕੈਨੇਡਾ ਤੁਹਾਨੂੰ ਵੈਲਕਮ ਕਰਦਾ ਹੈਗਾ ਤੁਹਾਨੂੰ ਇਹ ਗੱਲ ਸੋਚ ਕੇ ਕੈਨੇਡਾ 'ਚ ਨਹੀਂ ਆਉਣਾ ਚਾਹੀਦਾ ਕਿ ਕੈਨੇਡਾ 'ਚ ਅੱਜ ਕੰਮ ਨਹੀਂ ਹੈਗਾ ਕੈਨੇਡਾ ਦੇ ਵਿੱਚੋਂ ਸਾਰਿਆਂ ਨੇ ਜਿਹੜਾ ਹੈਗਾ ਰਿਵਰਸ ਮਾਈਗ੍ਰੇਸ਼ਨ ਹੋ ਜਾਣੀ ਹੈ ਜਾਂ ਆਹ ਹੋ ਜਾਣਾ ਇਹੋ ਜਿਹੀ ਗੱਲ ਇੱਥੇ ਕੈਨੇਡਾ 'ਚ ਕਦੀ ਨਹੀਂ ਹੋਣੀ ਹਾਂ ਜਿੱਥੋਂ ਤੱਕ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਹੈਗੀ ਹੈ ਰਿਵਰਸ ਮਾਈਗ੍ਰੇਸ਼ਨ ਦੀ ਜਿਹੜੀ ਗੱਲ ਹੈ ਉਹ ਕਿਸੇ ਹੋਰ ਕੰਟੈਕਸਟ ਵਿੱਚ ਚੱਲਦੀ ਹੈ ਜਿੱਥੇ
अपने निजी तजर्बे मैं हटा चुका हाँ और रिवर्स माइग्रेशन कहना सौखा पर रिवर्स माइग्रेशन एग्जीक्यूट करना रिवर्स माइग्रेशन के निकलना बहुत औखा होंगे। सो अज के अजोके समय के रलो मेहनत करो अपनी पढ़ाई करो अपने स्किल्स नू जिन्ना हो सकता उन्हों तुसी रिफाइन करो डिवेलप करो जिन्नियां थोड़ियां स्किल्स रिफाइन होणगियां डिवेलप होणगियां तुसी वर्ल्ड लैवल दे कंपीटीशन करोगे कंपीट करोगे तो तुसी जरूर सफल होवोगे। उम्मीद कर रहा थोनू ये वीडियो पसंद आई होगी और तुसी कनेडा अपने आउण दा जिहड़ा फैसला हैगा उते जरूर नजरसानी करोगे और पॉजिटिवली तुसी कनेडा दे विच आओगे। तुहाडा कनेडा आया दा मेरे वल्लों साडे सारिआं वल्लों जी आया नू।